Dusty Dick Duo, SSV Entertainment, ਤੁਹਾਡਾ ਆਪਣਾ ਚੈਨਲ। ਲਓ ਜੀ ਦੋਸਤੋ, ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੂਲ 'ਚ ਆ ਗਏ ਹਾਂ ਤੁਹਾਡੇ ਲਈ ਪਿੰਡ ਦੀਆਂ ਜਾਣਕਾਰੀਆਂ ਇਕੱਠੀਆਂ ਕਰਨ ਵਾਸਤੇ। ਦੋਸਤੋ, ਬੂਲ ਪਿੰਡ ਨੂੰ ਆਪਾਂ ਦੋ ਭਾਗਾਂ 'ਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਜਾਣੀ ਅੱਜ ਆਹ ਹੈ ਬੂਲ ਪਿੰਡ ਦਾ ਭਾਗ ਪਹਿਲਾ ਅਤੇ ਕੱਲ੍ਹ ਨੂੰ 3:45 ਆਊਗਾ ਪਿੰਡ ਦਾ ਦੂਜਾ ਭਾਗ। ਤੁਸੀਂ ਦੋਨੋਂ ਭਾਗ ਚੰਗੀ ਤਰ੍ਹਾਂ ਦੇਖ ਲਿਓ। ਜੇ ਤੁਹਾਨੂੰ ਲੱਗਿਆ ਕਿ ਸਾਡੇ ਪਿੰਡ ਦੀ ਫਲਾਨੀ ਜ਼ਰੂਰੀ ਗੱਲ ਰਹਿ ਗਈ ਆ ਜਾਂ ਕੋਈ ਪਤਵੰਤਾ ਸੱਜਣ ਰਹਿ ਗਿਆ, ਤਾਂ ਫਿਰ ਤੁਸੀਂ ਸੁਖਦੀਪ ਸਿੰਘ ਲੀਆਂ ਵਾਲੇ ਵੀਰ ਨਾਲ ਆਹ ਫੋਨ ਨੰਬਰ 'ਤੇ ਗੱਲ ਕਰਕੇ ਉਹਨੂੰ ਉਹ ਸਾਰੀਆਂ ਜਾਣਕਾਰੀਆਂ ਦੇ ਦਿਓ। ਫਿਰ ਆਪਾਂ ਅਗਲੇ ਹਫ਼ਤੇ ਬੂਲ ਪਿੰਡ ਦੇ ਤੀਜੇ ਅਤੇ ਆਖਰੀ ਭਾਗ 'ਚ ਉਹ ਸਾਰੀਆਂ ਗੱਲਾਂ ਵੀ ਸ਼ਾਮਿਲ ਕਰ ਲਾਂਗੇ। ਚਲੋ ਫਿਰ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰ ਦਿੰਦੇ ਹਾਂ ਬੂਲ ਪਿੰਡ ਦਾ ਭਾਗ ਪਹਿਲਾ। ਦੋਸਤੋ, ਬੂਲ ਪਿੰਡ ਨਹਿਰ ਦੇ ਕਿਨਾਰੇ 'ਤੇ ਵਸਿਆ ਹੋਇਆ ਬਹੁਤ ਹੀ ਸੋਹਣਾ ਪਿੰਡ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਕਿ ਬੂਲ ਪਿੰਡ ਨੂੰ ਜ਼ਿਲ੍ਹਾ ਲੱਗਦਾ ਲੁਧਿਆਣਾ ਅਤੇ ਤਹਿਸੀਲ ਲੱਗਦੀ ਆ ਡੇਲੋਂ। ਪਿੰਡ ਨੂੰ ਡਾਕਖਾਨਾ ਲੱਗਦਾ ਨਾਲ ਦੇ ਪਿੰਡ ਘਵੱਦੀ ਦਾ। ਇਸ ਪਿੰਡ ਨੂੰ ਅਸੈਂਬਲੀ ਹਲਕਾ ਲੱਗਦਾ ਲੁਧਿਆਣਾ ਅਤੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਜੋ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਨੇ। ਵਿਧਾਨ ਸਭਾ ਹਲਕਾ ਲੱਗਦਾ ਗਿੱਲ ਅਤੇ ਇੱਥੋਂ ਦੇ MLA ਨੇ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ, ਜੋ ਆਮ ਆਦਮੀ ਪਾਰਟੀ ਦੇ ਨੇ। ਅਤੇ ਜਦੋਂ ਅਸੀਂ ਸੰਨ 2024 ਦੇ ਸਤੰਬਰ ਦੇ ਮਹੀਨੇ 'ਚ ਇਹ ਡਾਕੂਮੈਂਟਰੀ ਬਣਾਈ ਆ, ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ, ਜੋ ਆਮ ਆਦਮੀ ਪਾਰਟੀ ਦੇ ਨੇ, ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ, ਜੋ ਭਾਰਤੀ ਜਨਤਾ ਪਾਰਟੀ ਦੇ ਨੇ। ਅਤੇ ਬੂਲ ਪਿੰਡ ਦੇ ਨੇੜੇ ਤੇੜੇ ਦੇ ਪਿੰਡ ਨੇ ਸਰੀਂ, ਘਵੱਦੀ, ਸ਼ੰਕਰ, ਸਾਇਆਂ ਕਲਾਂ, ਸਾਇਆਂ ਖੁਰਦ, ਦਲੇਆਂ, ਗੁਰਮ, ਡੇਲੋਂ, ਰੁੜਕਾ ਅਤੇ ਆਲਮਗੀਰ, ਜਿੱਥੇ ਬਹੁਤ ਹੀ ਪਵਿੱਤਰ ਗੁਰਦੁਆਰਾ ਸਾਹਿਬ ਆ। ਚਲੋ ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਬੂਲ ਪਿੰਡ 'ਚ ਪਹੁੰਚ ਕਿਵੇਂ ਸਕਦੇ ਹੋ। ਦੋਸਤੋ, ਬੂਲ ਪਿੰਡ ਲੁਧਿਆਣੇ ਤੋਂ ਮਲੇਰਕੋਟਲੇ ਨੂੰ ਜਾਣ ਵਾਲੀ ਸੜਕ 'ਤੇ ਡੇਲੋਂ ਪਿੰਡ ਦੇ ਕੋਲ ਹੀ ਪੈ ਜਾਂਦਾ। ਜਾਣੀ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਤੇ ਡੇਲੋਂ ਜਾਂ ਫਿਰ ਆਲਮਗੀਰ ਗੁਰਦੁਆਰਾ ਸਾਹਿਬ ਪਹੁੰਚ ਜਿਓ, ਇੱਥੋਂ ਨੇੜੇ ਹੀ ਆ ਬੂਲ ਪਿੰਡ। ਜੇ ਤੁਹਾਡੇ ਕੋਲ ਕੋਈ ਆਪਦਾ ਸਾਧਨ ਨਹੀਂ ਹੈਗਾ ਤਾਂ ਵੀ ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਚਾਹੇ ਲੁਧਿਆਣੇ ਨਹੀਂ ਹੋ ਚਾਹੇ ਮਲੇਰਕੋਟਲੇ ਨਹੀਂ ਹੋ, ਬੱਸ ਫੜ ਲਿਓ, ਪਰ ਟਿਕਟ ਤੁਸੀਂ ਸਰੀਂ ਪਿੰਡ ਦੀ ਕਟਵਾਇਓ। ਅਤੇ ਆਹੀ ਆ ਸਰੀਂ ਪਿੰਡ, ਅਤੇ ਇਹੀ ਆ ਉਹ ਸੜਕ ਜਿਹੜੀ ਲੁਧਿਆਣੇ ਤੋਂ ਮਲੇਰਕੋਟਲੇ ਨੂੰ ਜਾਂਦੀ ਆ, ਅਤੇ ਸਾਰੀਆਂ ਬੱਸਾਂ ਤੁਹਾਨੂੰ ਸਰੀਂ ਪਿੰਡ ਦੇ ਇਸ ਬੱਸ ਅੱਡੇ 'ਤੇ ਉਤਾਰ ਦੇਣਗੀਆਂ। ਅਤੇ ਸਰੀਂ ਪਿੰਡ ਦੇ ਅੱਡੇ ਤੋਂ ਆਹ ਸੜਕ ਸਿੱਧੀ ਬੂਲ ਪਿੰਡ ਨੂੰ ਚਲੀ ਜਾਂਦੀ ਆ। ਨਾ ਨਾ, ਫਿਕਰ ਨਾ ਕਰੋ, ਇੱਥੋਂ ਤੁਹਾਨੂੰ ਤੁਰ ਕੇ ਜਾਣ ਦੀ ਲੋੜ ਨਹੀਂ, ਕਿਉਂਕਿ ਸਰੀਂ ਪਿੰਡ ਦੇ ਅੱਡੇ ਤੋਂ ਆਟੋ ਰਿਕਸ਼ੇ ਮਿਲ ਜਾਂਦੇ ਆ, ਜੋ ਤੁਹਾਨੂੰ ਸਿੱਧਾ ਬੂਲ ਪਿੰਡ ਦੇ ਇਸ ਬੱਸ ਅੱਡੇ 'ਤੇ ਉਤਾਰ ਦੇਣਗੇ। ਇਹ ਬੱਸ ਅੱਡਾ ਨਹਿਰ ਦੇ ਕਿਨਾਰੇ 'ਤੇ ਬਣਿਆ ਹੋਇਆ, ਅਤੇ ਇੱਥੇ ਸਾਨੂੰ ਇੱਕ ਆਟੋ ਵਾਲੇ ਬਾਈ ਸੁਖਪਾਲ ਸਿੰਘ ਜੀ ਵੀ ਮਿਲ ਗਏ। ਇਹ ਵੀ ਕਹਿੰਦੇ ਜੀ, ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਭਾਵੇਂ ਬੀਕਾਨੇਰੋਂ ਆ ਜਾਓ, ਬਸ ਸਰੀਂ ਦੇ ਅੱਡੇ 'ਤੇ ਪਹੁੰਚ ਜਿਓ, ਉਦੋਂ ਅੱਗੇ ਬੂਲ ਪਿੰਡ ਲੈ ਕੇ ਆਉਣਾ ਮੇਰੀ ਜ਼ਿੰਮੇਦਾਰੀ ਆ। ਅਤੇ ਸੱਚ, ਹਾਂ, ਜਿਹੜੀਆਂ ਬੱਸਾਂ ਅਹਿਮਦਗੜ੍ਹ ਤੋਂ ਜਾਂ ਡੇਲੋਂ ਤੋਂ ਸਾਹਨੇ ਵਾਲ ਨੂੰ ਜਾਂਦੀਆਂ, ਉਸ ਬੱਸ ਰਾਹੀਂ ਵੀ ਤੁਸੀਂ ਆ ਕੇ ਨਾਲ ਦੇ ਪਿੰਡ ਸ਼ੰਕਰ ਦੇ ਬੱਸ ਅੱਡੇ 'ਤੇ ਉਤਰ ਜਿਓ, ਉੱਥੋਂ ਵੀ 3 ਪਹੀਆ ਆਟੋ ਫੜ ਕੇ ਬੂਲ ਪਿੰਡ 'ਚ ਆ ਸਕਦੇ ਹੋ। ਚਲੋ ਦੋਸਤੋ, ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਬੂਲ ਪਿੰਡ ਹੈਗਾ ਕਿੱਥੇ ਆ ਅਤੇ ਇੱਥੇ ਪਹੁੰਚਿਆ ਕਿਵੇਂ ਜਾ ਸਕਦਾ। ਹੁਣ ਤੁਹਾਡੀ ਪਿੰਡ ਨਾਲ ਥੋੜ੍ਹੀ ਜਿਹੀ ਜਾਣ ਪਛਾਣ ਕਰਾ ਦਿੰਦੇ ਹਾਂ। ਪਿੰਡ ਦੇ ਨਾਲ ਹੀ ਨਹਿਰ ਵਗਦੀ ਆ, ਉਹ ਤਾਂ ਤੁਸੀਂ ਦੇਖ ਹੀ ਲਈ ਆ। ਨਹਿਰ 'ਤੇ 2 ਪੁਲ ਨੇ, ਇੱਕ ਆ ਪੁਰਾਣਾ ਪੁਲ ਅਤੇ ਦੂਜਾ ਥੋੜ੍ਹਾ ਜਿਹਾ ਨਵਾਂ ਪੁਲ ਆ। ਪਰ ਤੁਸੀਂ ਦੇਖੋ ਨਹਿਰ 'ਚ ਕਿੰਨਾ ਨੱਕੋ ਨੱਕ ਪਾਣੀ ਭਰਿਆ, ਅਤੇ ਨਹਿਰ ਦੇ ਕਿਨਾਰੇ 'ਤੇ ਠੰਡੀ ਠਾਰ ਹਵਾ ਚੱਲਦੀ ਆ। ਇਦੋਂ ਪਹਿਲਾਂ ਕਿ ਮੈਨੂੰ ਠੰਡੀ ਠੰਡੀ ਹਵਾ 'ਚ ਨੀਂਦ ਆਉਣ ਲੱਗ ਜੇ, ਪਿੰਡ ਬੂਲ
ਬੂਲ ਦੇ ਆਪਾਂ ਅੰਦਰ ਹੀ ਚੱਲਦੇ ਹਾਂ। ਦੋਸਤੋ ਬੂਲ ਪਿੰਡ ਦੀਆਂ ਵੋਟਾਂ ਹੈਗੀਆਂ ਲਗਭਗ 1000 ਦੇ ਨੇੜੇ ਅਤੇ ਪਿੰਡ ਦੀਆਂ 3 ਪੱਤੀਆਂ ਨੇ ਜਿਨ੍ਹਾਂ 'ਚੋਂ ਇੱਕ ਆ ਨੱਥੂ ਪੱਤੀ, ਦੂਜੀ ਆ ਕਾਲੂ ਪੱਤੀ ਅਤੇ ਤੀਜੀ ਆ ਗੋਦੜੀਆ ਪੱਤੀ। ਦੋਸਤੋ ਪਿੰਡ ਦੇਖਣ ਨੂੰ ਬਹੁਤ ਸੋਹਣਾ ਲੱਗਿਆ ਅਤੇ ਸਾਫ਼ ਸੁਥਰਾ ਵੀ ਬਹੁਤ ਆ, ਅਤੇ ਜਦੋਂ ਅਸੀਂ ਪਿੰਡ ਦੀ ਤਰੱਕੀ ਦਾ ਰਾਜ ਪਿੰਡ ਦੇ ਲੋਕਾਂ ਤੋਂ ਜਾਣਨਾ ਚਾਹਿਆ ਤਾਂ ਤਕਰੀਬਨ ਸਾਰਿਆਂ ਨੇ ਹੀ ਪਿੰਡ ਦੀਆਂ ਹੁਣ ਤੱਕ ਦੀਆਂ ਸਾਰੀਆਂ ਹੀ ਪੰਚਾਇਤਾਂ ਦੀ ਸ਼ਲਾਘਾ ਕੀਤੀ। ਕਹਿੰਦੇ ਸਾਡੇ ਪਿੰਡ ਦੀ ਪਹਿਲੀ ਪੰਚਾਇਤ ਸੰਨ 1950 ਦੇ ਲਾਗੇ ਛਾਗੇ ਬਣੀ ਸੀ ਅਤੇ ਸਾਨੂੰ ਪਿੰਡ ਦੇ ਕੁਝ ਸਾਬਕਾ ਸਰਪੰਚ ਸਾਹਿਬਾਨਾਂ ਦੇ ਨਾਮ ਵੀ ਪਤਾ ਲੱਗੇ, ਜਿਨ੍ਹਾਂ 'ਚੋਂ ਸਾਬਕਾ ਸਰਪੰਚ ਸਵਰਗਵਾਸੀ ਸਰਦਾਰ ਜਿਉਣ ਸਿੰਘ ਜੀ, ਸਾਬਕਾ ਸਰਪੰਚ ਸਵਰਗਵਾਸੀ ਸਰਦਾਰ ਸਿਕੰਦਰ ਸਿੰਘ ਜੀ, ਸਾਬਕਾ ਸਰਪੰਚ ਸਵਰਗਵਾਸੀ ਸਰਦਾਰ ਗੁਰਦਿਆਲ ਸਿੰਘ ਜੀ, ਸਾਬਕਾ ਸਰਪੰਚ ਬੀਬੀ ਜਸਵੀਰ ਕੌਰ ਜੀ, ਸਾਬਕਾ ਸਰਪੰਚ ਸਰਦਾਰ ਭਗਵੰਤ ਸਿੰਘ ਜੀ, ਸਾਬਕਾ ਸਰਪੰਚ ਬੀਬੀ ਸੁਖਵੰਤ ਕੌਰ ਜੀ, ਸਾਬਕਾ ਸਰਪੰਚ ਸਰਦਾਰ ਭਗਵੰਤ ਸਿੰਘ ਜੀ, ਅਤੇ ਆਹ ਜਿਹੜੀ ਪੰਚਾਇਤ ਨੇ ਆਪਦਾ ਕਾਰਜਕਾਲ ਹੁਣੇ ਹੁਣੇ ਪੂਰਾ ਕੀਤਾ, ਉਹਦੇ ਸਰਪੰਚ ਨੇ ਬੀਬੀ ਕਮਲਪ੍ਰੀਤ ਕੌਰ ਜੀ, ਜੋ ਪਿੰਡ ਦੇ ਪੰਚਾਇਤ ਮੈਂਬਰ ਸਰਦਾਰ ਅਮਨਦੀਪ ਸਿੰਘ ਜੀ ਦੀ ਧਰਮ ਪਤਨੀ ਨੇ, ਅਤੇ ਇਹਨਾਂ ਨਾਲ ਹੋਰ ਮੈਂਬਰ ਸਾਹਿਬਾਨ ਨੇ ਸਰਦਾਰ ਲਖਵਿੰਦਰ ਸਿੰਘ ਜੀ, ਸਰਦਾਰ ਚਰਨਜੀਤ ਸਿੰਘ ਜੀ, ਬੀਬੀ ਪ੍ਰਕਾਸ਼ ਕੌਰ ਜੀ, ਬੀਬੀ ਮਨਜੀਤ ਕੌਰ ਜੀ, ਬੀਬੀ ਊਸ਼ਾ ਰਾਣੀ ਜੀ ਅਤੇ ਬੀਬੀ ਮਮਤਾ ਜੀ। ਇਸ ਪੰਚਾਇਤ ਦੀ ਵੀ ਲੋਕਾਂ ਨੇ ਕਾਫੀ ਤਾਰੀਫ ਕੀਤੀ ਆ। ਵੈਸੇ ਬੂਲ ਪਿੰਡ ਦੀਆਂ ਪੰਚਾਇਤਾਂ ਦੀ ਤਾਰੀਫ ਕਰਨੀ ਸੱਚੀ ਹੀ ਬਣਦੀ ਆ, ਕਿਉਂਕਿ ਪਿੰਡ ਨੂੰ ਆਉਣ ਜਾਣ ਵਾਲੀਆਂ ਸਾਰੀਆਂ ਹੀ ਸੜਕਾਂ ਪੱਕੀਆਂ ਨੇ, ਪਿੰਡ ਦੀਆਂ ਬੀਹਾਂ 'ਚ ਵੀ ਇੰਟਰਲੋਕ ਲਾ ਕੇ ਪੱਕਾ ਕੀਤਾ ਹੋਇਆ, ਨਾਲੀਆਂ ਵੀ ਪੱਕੀਆਂ ਨੇ, ਅਤੇ ਪਿੰਡ ਦੀਆਂ ਕਈ ਬੀਹਾਂ 'ਚ ਤਾਂ ਸੀਵਰੇਜ ਵੀ ਪਾਇਆ ਹੋਇਆ। ਫਿਰ ਦੋਸਤੋ ਬੂਲ ਪਿੰਡ ਦੇ ਨੰਬਰਦਾਰ ਸਾਹਿਬਾਨ ਨੇ ਸਰਦਾਰ ਦਰਸ਼ਨ ਸਿੰਘ ਜੀ, ਸਰਦਾਰ ਜਲਜੀਤ ਸਿੰਘ ਜੀ, ਸਰਦਾਰ ਭਗਵੰਤ ਸਿੰਘ ਜੀ ਅਤੇ ਸਰਦਾਰ ਅਮਰ ਸਿੰਘ ਜੀ, ਇਹਨਾਂ ਨਾਲ ਤਾਂ ਸਾਡੀ ਮੁਲਾਕਾਤ ਵੀ ਹੋਈ ਅਤੇ ਇਹਨਾਂ ਨੇ ਸਾਨੂੰ ਪਿੰਡ ਦੀ ਇੱਕ ਖਾਸ ਜਗ੍ਹਾ ਵੀ ਦਿਖਾਈ, ਆ ਜਾਓ ਤੁਸੀਂ ਆਪ ਹੀ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜੀ ਜਗ੍ਹਾ ਦੇ ਕੋਲ ਖੜ੍ਹੇ ਹਾਂ ਜੀ, ਇੱਥੇ ਖੂਹੀ ਸੀਗੀ ਜੀ, ਅਸੀਂ ਖੂਹੀ ਦੇ ਵਿੱਚੋਂ ਪਾਣੀ ਕੱਢ ਕੇ ਖੂਹ ਦੇ ਵਿੱਚੋਂ ਡੋਲਾਂ ਨਾਲ ਇੱਥੇ ਨਹਾਉਂਦੇ ਹੁੰਦੇ ਸੀਗੇ ਜੀ। ਉਦੋਂ ਨਲਕੇ ਨੁਲਕੇ ਹੈ ਨਹੀਂ ਸੀਗੇ ਜੀ। ਨਾਲ ਸਾਡੇ ਇੱਥੇ ਬਾਬਾ ਸਿੱਧ ਆ, ਉਹਦੀ ਜਗ੍ਹਾ ਜੀ, ਇਹਦੇ ਵਿੱਚ ਹੁਣ ਭਰੋਟਾ ਹੋ ਗਿਆ ਜੀ। ਪਹਿਲਾਂ ਇਹ ਖੂਹ ਤੋਂ ਅਸੀਂ ਪਾਣੀ ਭਰਦੇ ਹੁੰਦੇ ਸੀ। ਧੰਨਵਾਦ ਨੰਬਰਦਾਰ ਸਾਹਿਬ। ਫਿਰ ਦੋਸਤੋ ਪਿੰਡ ਦੇ ਚੌਂਕੀਦਾਰ ਸਾਹਿਬ ਨੇ ਸਰਦਾਰ ਬਲਵੀਰ ਸਿੰਘ ਜੀ, ਇਹਨਾਂ ਨਾਲ ਵੀ ਸਾਡੀ ਮੁਲਾਕਾਤ ਹੋਈ, ਵਧੀਆ ਬੰਦੇ ਨੇ ਇਹ ਵੀ। ਅਤੇ ਸੱਚ ਹਾਂ, ਬੂੜ ਪਿੰਡ ਦੇ ਪੰਡਿਤ ਰਾਮ ਕ੍ਰਿਸ਼ਨ ਜੀ ਵੀ ਹੋਏ ਨੇ ਜੋ ਆਜ਼ਾਦੀ ਘੁਲਾਟੀਏ ਨੇ, ਉਹਨਾਂ 'ਤੇ ਵੀ ਪੂਰਾ ਪਿੰਡ ਹੀ ਮਾਣ ਕਰਦਾ। ਮਾਣ ਕਰਨ ਤੋਂ ਯਾਦ ਆਇਆ, ਇਸ ਪਿੰਡ ਦੇ ਮਨਦੀਪ ਸਿੰਘ ਧਾਲੀਵਾਲ ਜੀ ਬਹੁਤ ਹੀ ਵਧੀਆ ਫੁੱਟਬਾਲ ਦੇ ਖਿਡਾਰੀ ਰਹੇ ਨੇ, ਅਤੇ ਕਹਿੰਦੇ ਇਹ ਬਹੁਤ ਹੀ ਵਧੀਆ ਅਥਲੀਟ ਵੀ ਰਹੇ ਨੇ, ਜਾਣੀ ਇਹਨਾਂ ਨੇ ਅਥਲੈਟਿਕਸ ਅਤੇ ਫੁੱਟਬਾਲ ਦੀ ਖੇਡ 'ਚ ਬਹੁਤ ਵੱਡੇ ਵੱਡੇ ਇਨਾਮ ਜਿੱਤੇ ਆ। ਅਤੇ ਆਹ ਤੁਸੀਂ ਦੇਖੋ, ਇਹਨਾਂ ਨੂੰ ਸਰਟੀਫਿਕੇਟ ਵੀ ਮਿਲਿਆ ਹੋਇਆ, ਸ਼ਾਬਾਸ਼ੇ ਵੀਰ, ਤੁਹਾਡੇ ਵਰਗੇ ਖਿਡਾਰੀਆਂ ਨੂੰ ਦੇਖ ਕੇ ਸੱਚੀਓਂ ਹੀ ਚਾਹ ਚੜ੍ਹਦਾ। ਫਿਰ ਇਹਨਾਂ ਦੇ ਬੇਟੇ ਏਕਮਜੋਤ ਸਿੰਘ ਜੀ ਵੀ ਕਰਾਟੇ ਦੇ ਬਹੁਤ ਵਧੀਆ ਖਿਡਾਰੀ ਨੇ, ਉਹਨਾਂ ਨੇ ਵੀ ਬਹੁਤ ਮੱਲਾਂ ਮਾਰੀਆਂ ਨੇ, ਅਤੇ ਆਹ ਉਹਨਾਂ ਦਾ ਸਰਟੀਫਿਕੇਟ ਆ। ਇਹਨਾਂ ਨੇ ਆਪਦਾ ਅਤੇ ਆਪਦੇ ਪਿੰਡ ਦਾ ਬਹੁਤ ਨਾਮ ਰੋਸ਼ਨ ਕੀਤਾ, ਅਤੇ ਇਹਨਾਂ ਤੋਂ ਬਾਕੀ ਨੌਜਵਾਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਆ, ਨਸ਼ੇ ਕਰ ਕਰਕੇ ਆਪਦਾ ਸਰੀਰ ਨਾ ਗਵਾਓ, ਸਗੋਂ ਖੇਡਾਂ ਖੇਡ ਖੇਡ ਕੇ ਆਪਦਾ ਅਤੇ ਆਪਦੇ ਪਿੰਡ ਦਾ ਨਾਮ ਚਮਕਾਓ। ਫਿਰ ਦੋਸਤੋ, ਇਸ ਪਿੰਡ 'ਚ ਦੋ ਬਹੁਤ ਹੀ ਵਧੀਆ ਗਾਇਕ ਵੀ ਨੇ, ਇੱਕ ਨੇ ਗਾਇਕ ਦਵਿੰਦਰ ਬੋਪਾ ਰਾਏ ਜੀ ਅਤੇ ਦੂਜੇ ਨੇ ਸਰੋਵਰ ਸਿੰਘ ਜੀ। ਇਹ ਵੀ ਪੰਜਾਬੀ ਗਾਇਕੀ ਰਾਹੀਂ ਆਪਣੇ ਸੱਭਿਆਚਾਰ ਅਤੇ ਬੋਲੀ ਦੀ ਸੇਵਾ ਕਰ ਰਹੇ ਨੇ। ਕੁਦਰਤੀ ਸਾਨੂੰ ਗਾਇਕ ਸਰੋਵਰ ਸਿੰਘ ਜੀ ਤਾਂ ਪਿੰਡ 'ਚ ਮਿਲ ਹੀ ਗਏ, ਅਤੇ ਹੁਣ ਬਾਈ ਯਾਰ ਕੁਝ ਸੁਣਾ ਤਾਂ ਦੇ। ਜਦ ਤੋਂ ਮੈਂ ਰੱਖੀਆਂ ਬਾਬੇ ਨਾਨਕ ਤੇ ਡੋਰਾਂ ਨੇ,
ਜ਼ਿੰਦਗੀ ਵਿੱਚ ਥੋੜ ਕੋਈ ਨਾ ਮੁੱਕੀਆਂ ਸਭ ਲੋੜਾਂ ਨੇ ਜਦ ਤੋਂ ਮੈਂ ਰੱਖੀਆਂ ਬਾਬੇ ਨਾਨਕ ਤੇ ਡੋਰਾਂ ਨੇ ਜ਼ਿੰਦਗੀ ਵਿੱਚ ਥੋੜ ਕੋਈ ਨਾ ਮੁੱਕੀਆਂ ਸਭ ਲੋੜਾਂ ਨੇ ਖਾ ਲਈ ਆਹ ਦੁਨੀਆਦਾਰੀ ਪੈਸੇ ਦੀਆਂ ਦੌੜਾਂ ਨੇ ਜ਼ਿੰਦਗੀ ਵਿੱਚ ਥੋੜ ਕੋਈ ਨਾ ਮੁੱਕੀਆਂ ਸਭ ਲੋੜਾਂ ਨੇ ਜਦ ਤੋਂ ਮੈਂ ਰੱਖੀਆਂ ਬਾਬੇ। ਸੱਚੀ ਵੀਰ ਯਾਰ ਤੁਸੀਂ ਬਹੁਤ ਵਧੀਆ ਗਾਉਂਦੇ ਆ ਤੇ ਮੈਂ ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਜਦੋਂ ਕੋਈ ਆਪਣੇ ਖੁਸ਼ੀ ਹੁੰਦੀ ਆ ਜਾਂ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਤੁਸੀਂ ਇਹਨਾਂ ਪਿੰਡਾਂ ਦੇ ਕਲਾਕਾਰਾਂ ਨੂੰ ਮੌਕਾ ਦਿਆ ਕਰੋ ਕਿਉਂਕਿ ਕਲਾਕਾਰਾਂ ਨੂੰ ਹੱਲਾਸ਼ੇਰੀ ਦੀ ਵੀ ਲੋੜ ਹੁੰਦੀ ਆ, ਬਾਕੀ ਬਾਂਹ ਤਾਂ ਰੱਬ ਨੇ ਆਪਦੇ ਆਪ ਹੀ ਫੜ ਲੈਣੀ ਹੁੰਦੀ ਆ। ਚਲੋ ਦੋਸਤੋ ਹੁਣ ਇਉਂ ਕਰਦੇ ਹਾਂ, ਆਪਾਂ ਤੁਹਾਨੂੰ ਬੂੜ ਪਿੰਡ ਦੇ ਪਿਛੋਕੜ ਦੀ ਜਾਣਕਾਰੀ ਦੇ ਦਿੰਦੇ ਹਾਂ। ਇਹ ਪਿੰਡ ਕੋਈ 250-300 ਸਾਲ ਪੁਰਾਣਾ ਪਿੰਡ ਆ ਅਤੇ ਕਹਿੰਦੇ ਰਾੜਾ ਸਾਹਿਬ ਦੇ ਕੋਲ ਪਿੰਡ ਆ ਕਢਾਣੀ ਕਲਾਂ, ਉੱਥੋਂ ਕੁਝ ਪਰਿਵਾਰਾਂ ਨੇ ਆ ਕੇ ਬੂੜ ਪਿੰਡ ਵਸਾਇਆ ਸੀ ਅਤੇ ਉਹਨਾਂ ਪਰਿਵਾਰਾਂ ਦੇ ਬਜ਼ੁਰਗ ਦਾ ਨਾਮ ਸੀ ਬਾਬਾ ਬੂੜ ਅਤੇ ਬਾਬਾ ਬੂੜ ਦੇ ਨਾਮ 'ਤੇ ਹੀ ਪਿੰਡ ਦਾ ਨਾਮ ਬੂੜ ਪਿਆ। ਬਾਕੀ ਆਪਾਂ ਸਰਦਾਰ ਅਜੀਤ ਸਿੰਘ ਜੀ ਤੋਂ ਪਿੰਡ ਬਾਰੇ ਵਿਸਥਾਰ ਨਾਲ ਸੁਣਦੇ ਹਾਂ, ਸੁਣੋ ਜੀ। ਮੇਰਾ ਨਾਮ ਅਜੀਤ ਸਿੰਘ ਆ, ਪਿਤਾ ਦਾ ਨਾਮ ਨਛੱਤਰ ਸਿੰਘ ਆ, ਦਾਦੇ ਦਾ ਨਾਮ ਕੇਰ ਸਿੰਘ ਆ, ਪੜਦਾਦੇ ਦਾ ਨਾਮ ਉੱਤਮ ਸਿੰਘ ਆ। ਅਸੀਂ ਕਢਾਣੀ 'ਚੋਂ ਜਿਹੜੀ ਕਢਾਣੀ ਆ, ਕਢਾਣੀ ਦੇ ਵਿੱਚੋਂ ਅਸੀਂ ਆ ਕੇ ਇੱਥੇ ਵਸੇ ਹਾਂ। ਜਿਹੜਾ ਕੋਈ ਬਜ਼ੁਰਗ ਉਸ ਟਾਈਮ ਦੱਸਦੇ ਨੇ ਆਇਆ, ਉਹਦਾ ਨਾਮ ਬੂੜਾ ਸੀਗਾ, ਉਹਦੇ ਨਾਂ 'ਤੇ ਮੂੜੀ ਬੰਨ ਕੇ ਇਹ ਬੂੜ ਪਿੰਡ ਵਸਿਆ। ਉਦੋਂ ਇੱਥੇ ਬਾਕੀ ਹੋਰ ਗੋਤਾਂ ਦੇ ਲੋਕ ਵੀ ਬਹੁਤ ਨੇ, ਕੋਈ ਹਾਂਸ ਹੋ ਗਿਆ, ਕੋਈ ਮੱਲੇ ਮੱਲ ਹੋ ਗਿਆ, ਕੋਈ ਆਪਣੇ ਥਿੰਦ ਹੋ ਗਿਆ, ਅਤੇ ਕਈ ਗੋਤ ਨੇ ਵਿੱਚ, ਯਾਨੀ ਸਾਡਾ ਅਸਲ ਗੋਤ ਬੋਪਰ ਆਇਆ। ਅਸੀਂ ਕਢਾਣੀ ਦੇ ਵਿੱਚ ਕਢਾਣੀ ਸਾਰੀ ਬੋਪਰ ਆਇਆ, ਅਤੇ ਇੰਨੀ ਜਿੰਨੀ ਕੁ ਜ਼ਿਆਦਾ ਤਾਂ ਉਹਨੇ ਦੱਸਦਾ ਕਿ ਇੱਥੇ ਨੇੜੇ ਟਿੱਬੇ ਹੁੰਦੇ ਸੀਗੇ, ਕੱਚੇ ਰਾਹ ਹੁੰਦੇ ਸੀ, ਕੋਈ ਸੜਕ ਨਹੀਂ ਸੀ, ਲੈਣ ਨਹੀਂ ਦੇਣੀ। ਹੁਣ ਸੜਕਾਂ ਬਣੀਆਂ ਨੇ, ਉਹ ਸੜਕ ਬਣਾਈ ਆ ਗੁਰਨਾਮ ਸਿੰਘ ਜੱਜ ਨੇ, ਨਾਰੰਗਾਲਾ ਨੇ, ਜਿਹੜੀ ਟਿੱਬਿਆਂ ਵਾਲੀ ਬਣੀ ਆ, ਆਹ ਸੜਕਾਂ ਬਣਾਈਆਂ ਨੇ ਮਾਣ ਸਿੰਘ ਉਹਨਾਂ ਨੇ, ਗਰਚੇ ਉਹਨਾਂ ਨੇ, ਅਤੇ ਬਾਕੀ ਹੋਰ ਆਹ ਸਰਪੰਚ ਨੇ ਬਣਵਾਈ ਹੈ ਸਰੀਂਹ ਤੋਂ ਬੋਲ ਨੂੰ, ਟਾਂਕਰ ਤੋਂ ਬੋਲ ਨੂੰ। ਇਹ ਹੁੰਦਾ ਸੀ ਪਹਿਲਾਂ, ਉਹਦਾ ਨਾਂ ਸੀਗਾ ਦਿਆਲ ਸਿੰਘ, ਦਿਆਲ ਸਿੰਘ ਛਾਨ ਆਫ ਚੰਨਣ ਸਿੰਘ, ਉਹਦੀਆਂ ਬਣਾਈਆਂ। ਬਾਕੀ ਆ ਪਿੰਡ ਪੱਕਾ ਕਰਵਾਇਆ, ਕੁਛ ਸਿਕੰਦਰ ਸਿੰਘ ਉਹਨੇ ਕਰਾਇਆ ਸਰਪੰਚ ਰਹੇ ਪਹਿਲਾਂ, ਕੁਛ ਭਗਵੰਤ ਸਿੰਘ ਬਿੱਟੀ ਸੀ ਉਹਨੇ ਪਿੰਡ ਪੱਕਾ ਕਰਾਇਆ, ਬਾਕੀ ਰਹਿੰਦਾ ਖੁੰਹਦਾ ਅਮਨ ਨੇ ਦਾ ਪੂਰਾ ਹੀ ਪਿੰਡ ਦਾ ਛੰਡ ਕੱਢਤਾ। ਅਮਨ ਸਿੰਘ ਸਰਪੰਚ ਸੀਗਾ ਇਹਦਾ, ਹਰਪਾਲ ਸਿੰਘ ਦਾ ਲੜਕਾ, ਰਸਪਾਲ ਸਿੰਘ ਦਾ ਲੜਕਾ, ਉਹਨੇ ਪਿੰਡ ਦਾ ਬਿਲਕੁਲ ਐਂ ਜਮਾਂ ਵਧੀਆ ਬਣਾਤਾ, ਅਤੇ ਪਿੰਡ ਸਾਡਾ ਵਧੀਆ, ਅਤੇ ਪਿੰਡ ਸਵਾਕ ਆ, ਬੇਰੀ ਦੇ ਮੇਲਾ ਲੱਗਦਾ ਛਾਲ ਮਗਰੋਂ, ਇੱਕ ਸਥਾਨ ਆ ਉੱਥੇ ਸੰਤ ਪਿਆਰਾ ਦੱਸਦਾ, ਉਹ ਮਤਲਬ ਬਰਸੀ ਮਨਾਈ ਜਾਂਦੀ ਉਹਦੇ ਪਹਿਲੇ ਮਹੀਨੇ, ਆਪਣੇ ਪਹਿਲੇ ਮਹੀਨੇ ਦੇ ਬਸ 1-2 ਤਰੀਕ ਨੂੰ ਮਨਾਈ ਜਾਂਦੀ ਆ ਬਰਸੀ। ਬਾਕੀ ਜੇ ਕਿਸੇ ਨੂੰ ਕੋਈ ਲੋੜ ਹੁੰਦੀ ਆ, ਕੋਈ ਦੁੱਖ ਤਕਲੀਫ ਹੁੰਦਾ, ਉੱਥੇ ਮਹਾਰਾਜ ਦਾ ਪ੍ਰਕਾਸ਼ ਕਰਨਾ, ਕੋਈ ਸ਼ੁਕਨੀ ਕਰਾਉਂਦਾ, ਕੋਈ ਖੰਡ ਪਾਠ ਕਰਾਉਂਦਾ, ਕੋਈ ਸਹਿਜ ਪਾਠ ਕਰਾਉਂਦਾ ਉਹ ਜਗ੍ਹਾ 'ਤੇ। ਬਾਕੀ ਸਾਡੇ ਗੁਰਦੁਆਰਾ, ਇੱਕ ਗੁਰਦੁਆਰਾ ਸਾਡੇ, ਬਾਕੀ ਜਿਹੜੀਆਂ ਸਾਡੀਆਂ ਮੜੀਆਂ ਨੇ ਉਹ ਵੀ ਸਾਰੇ ਨਗਰ ਦੀਆਂ ਇੱਕ ਨੇ, ਜਿੰਨੇ ਵੀ ਮਜ਼ਹਬ ਦੇ ਬੰਦੇ ਨੇ ਉਹ ਇੱਕ ਜਗ੍ਹਾ ਹੀ ਦਾਖਲ ਆਉਂਦੇ ਨੇ, ਸਾਡੇ ਕੋਈ ਡਬਲ ਮੜੀਆਂ ਨਹੀਂ ਹੈਗੀਆਂ। ਕਹਿੰਦੇ ਪਿੰਡ ਸਾਡਾ ਠੀਕ ਆ ਜੀ, ਐਵੇਂ ਕਿ ਥਵਾਕ ਆ, ਲੋਕਾਂ ਦਾ ਮੁੰਡੇ ਬੱਚੇ ਹੁਣ ਨਵੇਂ ਉੱਠੇ ਨੇ, ਗਰਾਊਂਡ ਛੱਡਿਆ, ਕਬੱਡੀ ਖੇਡਦੇ ਨੇ, ਹੋਰ ਵੀ ਕੰਮ ਕਰਦੇ, ਭੱਜਦੇ ਨੱਠਦੇ ਨੇ, ਅਤੇ ਇਹ ਗੱਲਾਂ ਬਾਤਾਂ ਜਿੰਨੀਆਂ ਕਿ ਜ਼ਿਆਦਾ ਤੁਹਾਨੂੰ ਦੱਸਦੇ ਹਾਂ। ਹਾਂਜੀ, ਵਿੱਚ ਬਾਕੀ ਮੁੰਡੇ ਸਾਡੇ ਕੁੜੀਆਂ ਬਾਹਰ ਬਹੁਤ ਗਏ ਨੇ ਕੈਨੇਡਾ 'ਚ, ਹੁਣ ਤਾਂ ਨਵੀਂ ਜਨਰੇਸ਼ਨ ਬਥੇਰੀ ਗਈ ਆ ਬਾਹਰ ਗਏ ਨੇ, ਅਤੇ ਠੀਕ ਆ ਪਿੰਡ ਆ ਮੇਲਾ। ਹਾਂਜੀ, ਨਹੀਂ ਨਹੀਂ ਉਹ ਸਾਡੇ ਟਾਈਮ 'ਚ ਨਹੀਂ ਬਣਿਆ, ਅੰਗਰੇਜ਼ਾਂ ਟਾਈਮ 'ਚ ਪੁਲੀ ਸੀਗੀ, ਸਾਡੇ ਟਾਈਮ 'ਚ ਤਾਂ ਇਹ ਪੁਲ ਬਣਿਆ, ਉਹ ਬਣਿਆ ਸਾਡੀ ਛੁੱਟ ਤੋਂ ਪਹਿਲਾਂ।
ਹਾਂ ਮੇਰਾ 53 ਜਨਮ ਆ, ਉਹ 1950 ਚ ਬਣਿਆ ਸੀਗਾ, ਜਿਸ ਟਾਈਮ ਇੱਕ ਪੋਰਸ਼ਨ ਨਹਿਰ ਦਾ ਚੌੜਾ ਹੋਇਆ ਥਮਲਾ, ਜਿਹਨੂੰ ਕਹਿੰਦੇ ਆ ਇੱਕ ਥਮਲਾ, ਉਹ ਚੌੜੀ ਗਲੀ ਸੀ ਨਹਿਰ, ਉਸ ਟਾਈਮ ਬਣਾਇਆ ਗਿਆ ਸੀਗਾ। ਉਹ ਬਣਾਇਆ ਸੀ ਪਿੰਡ ਜਿਹੜੇ 60 ਪਿੰਡ ਇੱਧਰੋਂ ਆਉਂਦੇ ਸੀਗੇ, ਆਪਣੇ 66 ਤੋਂ, 66 ਤੋਂ ਗਾਹਾਂ ਤੋਂ ਲੈ ਕੇ ਪਿੰਡ ਆਉਂਦੇ ਸੀ, ਬਹੁਤ ਪਿੰਡਾਂ ਨੇ 60-62 ਪਿੰਡਾਂ ਨੇ ਦਰਖਾਸਤਾਂ ਦਿੱਤੀਆਂ ਸੀ। ਉਹ ਫਿਰ ਇੱਕ ਸ਼ੰਕਰ ਦਾ ਓਵਰਸੀ ਸੀ, ਕੋਈ ਬੰਦਾ ਜੈਲਦਾਰ, ਉਹ ਇਸ ਮਹਿਕਮੇ ਦੇ ਵਿੱਚ ਸੀ। ਇਹ ਪਰ ਉਹਨਾਂ ਨੇ ਲੋਹੇ ਦਾ ਬਣਾਇਆ ਸੀਗਾ, ਜਿਹੜਾ ਆਹ ਬਣਾਇਆ ਉਹ ਅਸੀਂ ਜਾ ਕੇ ਸ਼ਰਾਬਿਓਂ ਪਾਸ ਕਰਵਾਇਆ ਜਾ ਕੇ ਖੁਦ ਬਾਦਲ ਸਾਹਿਬ ਤੋਂ। ਹਾਂ ਜਿਹੜਾ ਹੁਣ ਬਣਾਇਆ ਉਹ ਟਾਈਮ ਸਰਪੰਚ ਸੀਗਾ ਭਗਵਾਨ ਆਪਣੇ ਦਲਜੀਤ ਸਿੰਘ, ਸ਼ਾਨਵ ਸਿਕੰਦਰ ਸਿੰਘ, ਇਹ ਉਸ ਟਾਈਮ ਉਹ ਪੁਲ ਬਣਿਆ। ਹਾਂ ਬਾਕੀ ਸੜਕਾਂ ਆ ਬਿੱਟੀ ਨੇ ਆਹ ਬਣਾਈਆਂ ਸੜਕਾਂ ਥੱਲੇ ਵਾਲੀਆਂ ਦੂਜੀਆਂ। ਹਾਂ ਇਹਨੇ ਫਿਰ ਜਿਹੜਾ ਆਪਣੇ ਪਹਿਲਾਂ ਸਰਪੰਚ ਸੀਗਾ ਦਲਜੀਤ ਸਿੰਘ, ਉਹਨੇ ਟੈਲੀਫੋਨ ਨਹੀਂ ਆਉਂਦਾ ਸੀ ਆਪਣੇ ਪਿੰਡ, ਉਹਨੇ ਟੈਲੀਫੋਨ ਬੜੀ ਖਜਾਮਤਾਂ ਕਰਕੇ ਲਿਆਂਦਾ, ਨਹਿਰ ਵਾਲੇ 'ਚ ਆਉਂਦੇ ਸਨ, ਨਹਿਰ ਵਾਲੇ ਬੰਦ ਕਰ ਦਿੰਦੇ ਸੀਗੇ ਜੇ ਖੇਤਾਂ 'ਚ, ਖੇਤਾਂ ਵਾਲੇ ਬੋਲਦੇ ਸੀਗੇ ਉਹ, ਯਾਨੀ ਕਿਸੇ ਤਰੀਕੇ ਨਾਲ ਹੌਲੀ ਹੌਲੀ ਪਿੰਡ ਲਿਆ ਕੇ ਵਾੜਿਆ ਮੈਂ ਅਤੇ ਦੋਹਾਂ ਸਰਪੰਚ, ਮੈਂ ਸਰਪੰਚ ਅਤੇ ਮੈਂ ਅਜੀਤ ਸਿੰਘ ਦੋਹਾਂ ਦੇ ਜਾਣੀ। ਅਤੇ ਫਿਰ ਬਾਕੀ ਦੇਖੋ ਟੈਂਕੀ ਉਹਨੇ ਲਾਈ ਆ ਪਾਣੀ ਦਾ, ਪ੍ਰਕਾਸ਼ ਪਿੰਡ ਦੇ ਵਿੱਚ ਇਕੱਲੇ ਪਿੰਡ ਨੂੰ ਟੈਂਕੀ ਆ। ਹਾਂ ਇਕੱਲੇ ਪਿੰਡ ਨੂੰ ਟੈਂਕੀ ਆ, ਇਹ ਪਿੰਡ ਦਾ ਵਿਕਾਸ ਵਧੀਆ ਹੋਇਆ, ਜਿਹੜਾ ਵੀ ਨੁਮਾਇੰਦਾ ਉੱਠਦਾ ਸਰਪੰਚ ਵਧੀਆ ਹੀ ਕੰਮ ਕਰਦਾ, ਮਾੜਾ ਨਹੀਂ ਕੋਈ ਕਰਦਾ ਹੈਗਾ। ਹਾਂ ਬਈ ਬਰੋਟੇ ਲੱਗੇ ਹੋਏ ਨੇ, ਜਿਹੜੇ ਸਾਡੇ ਦਾਦੇ ਸੀਗੇ, ਦਾਦੇ ਪੜਦਾਦੇ ਸੀਗੇ, ਜਿਵੇਂ ਬਚਨ ਸਿੰਘ ਲਾ ਲਓ ਨੰਬਰਦਾਰ, ਉਹ ਬਾਕੀ ਉਹ ਲਾ ਲਓ ਕਰਮ ਸਿਉਂ, ਅਸਲ ਤਾਂ ਕਰਮ ਸਿਉਂ ਲਾਈ ਉਹਨੇ, ਜਿਹੜਾ ਇਹਨਾਂ 'ਚੋਂ ਹਜ਼ੂਰ ਉਹਨਾਂ 'ਚੋਂ ਸੀਗਾ, ਤੁਸੀਂ ਉਹਨੂੰ ਉਹਨਾਂ ਨੂੰ ਵੀ ਤੁਸੀਂ ਜਾਣਦੇ ਨਹੀਂ ਹੈਗੇ। ਜਿਵੇਂ ਆ ਹੈਗੇ ਨੇ ਉਹ ਗੁਰਦੁਆਰੇ ਕੋਲ, ਉਹ ਮੁੰਡਾ ਜਿਹੜਾ ਕੱਪੜੇ ਜਾਂਦਾ, ਮੈਨੂੰ ਤਾਂ ਮੈਂ ਵੀ ਭੁੱਲਦਾ, ਮਿੰਦਰ ਹੁਣੀ ਨਹੀਂ ਹੈਗੇ, ਪਾਲੇ ਹੋਣੀ, ਉਹਨਾਂ ਦਾ ਪੜਦਾਦਾ ਸੀ ਜਿਹਨੇ ਲਾਏ ਸੀਗੇ। ਹਾਂ ਇਹ 3 ਵਾਰ ਇਹਨੇ, 4 ਵਾਰ ਬੋਲੀ ਵੀ ਹੋ ਚੁੱਕੀ ਆ, ਗੌਰਮੈਂਟ ਕੱਟਣ ਨੂੰ ਵੀ ਆ ਗਈ ਆ, ਪਰ ਨਹੀਂ ਉਹ ਇਹਨਾਂ ਨੇ ਕੱਟਣ ਦਿੱਤਾ, ਕਹਿੰਦਾ ਵੀ ਸਾਡਾ ਪੈਸਾ ਭਰਿਆ ਸੀ, ਕੱਟਣ ਨਹੀਂ ਦੇਣਾ ਹੈਗੇ, ਵੀ ਸਾਡੇ ਪਿੰਡ ਦਾ ਅਸਲ ਦਰਵਾਜ਼ਾ ਇਹ ਆ। ਹਾਂ ਇਹ ਗੱਲਾਂ ਬਾਤਾਂ ਨੇ। ਧੰਨਵਾਦ ਸਰਦਾਰ ਅਜੀਤ ਸਿੰਘ ਜੀ, ਤੁਸੀਂ ਸਾਨੂੰ ਪਿੰਡ ਦੀਆਂ ਬਹੁਤ ਹੀ ਕੀਮਤੀ ਜਾਣਕਾਰੀਆਂ ਦਿੱਤੀਆਂ, ਜਿਉਂਦੇ ਰਹੋ ਜੀ। ਫਿਰ ਦੋਸਤੋ ਸਾਨੂੰ ਪਿੰਡ ਦੀਆਂ ਕੁਝ ਜਾਣਕਾਰੀਆਂ ਸਰਦਾਰ ਗੁਰਚਰਨ ਸਿੰਘ ਜੀ ਨੇ ਵੀ ਦਿੱਤੀਆਂ, ਉਹ ਵੀ ਆਪਾਂ ਤੁਹਾਨੂੰ ਉਹਨਾਂ ਦੀ ਜਵਾਨੀਓ ਹੀ ਸੁਣਾ ਦਿੰਦੇ ਹਾਂ, ਸੁਣੋ ਜੀ। ਮੇਰਾ ਨਾਮ ਗੁਰਚਰਨ ਸਿੰਘ ਜੀ। ਜਿਹੜੀ ਪਿੰਡ ਜਦੋਂ ਆਪਣੇ ਵੰਡ ਹੋਈ ਆ ਆਪਾਂ ਆਪਣੇ ਦੇਸ਼ ਦੀ, ਇਹ ਜਦੋਂ ਕਿੰਨੇ ਕੁ ਪਰਿਵਾਰ ਸੀ ਜੋ ਆਪਣੇ ਪਿੰਡੋਂ ਪਾਕਿਸਤਾਨ ਚਲੇ ਗਏ? ਇਹ ਤਕਰੀਬਨ 6-7 ਕੇ ਪਰਿਵਾਰ ਸੀਗੇ। ਦੋ ਪਰਿਵਾਰ ਸੀਗੇ ਲਾਭ ਦਿੱਤਾ ਵਗੈਰਾ, ਜਿਹੜੇ ਇਹਨਾਂ ਦੇ ਮੁੰਡੇ ਸੀ ਗਨੀ ਬਲੀ, ਦੋ ਕੁੜੀ ਸੀ ਇਹਨਾਂ ਦੀ ਭੁੰਡੋ। ਇਹ ਕੱਪੜਾ ਬੁਣਦਾ, ਖੱਦਰ ਬੁਣਦਾ ਕੰਮ ਕਰਦੇ ਤੇ ਜ਼ਿਮੀਂਦਾਰ ਦੇਖੇ ਖੇਸ ਭਰਾਈਆਂ ਦਾ ਸੀ, ਜਿਹਨੂੰ ਇਹ ਤੇਲ ਵੇਚਣ ਦਾ ਕੰਮ ਵੀ ਕਰਨਾ, ਤੂੰਬੇ ਨਾਲ ਜਾਈਆਂ ਭਰਦਾ ਵੀ ਕੰਮ ਕਰਦੇ। ਜਿਹੜੇ ਭਰਾਈ ਸੀ ਇਹਨਾਂ ਦੇ, ਲਾਣੇਦਾਰ ਦਾ ਨਾਮ ਕੀ ਸੀ ਜਿਹੜਾ ਬਜ਼ੁਰਗ ਸੀ? ਉਹੀ ਸੀਗਾ ਜਿਹੜਾ ਉਹ ਸਿਵਕੇ, ਇਹਨਾਂ ਨੂੰ ਪਤਾ ਹੋਊ ਆਪਣੇ, ਉਹਦਾ ਨਾਮ ਮੈਂ ਭੁੱਲ ਗਿਆ, ਜਾ ਸੀ ਜਿਹੜਾ ਬਦਰੂ ਹੋਣਾ ਚ ਸੀਗਾ। ਤੇ ਕੋਈ ਇਹੋ ਜਿਹਾ ਵੀ ਪਰਿਵਾਰ ਆ ਜਿਹੜੇ ਵੰਡ ਤੋਂ ਬਾਅਦ ਆਪਣੇ ਪਿੰਡ ਆ ਗਿਆ ਹੋਵੇ? ਮੁੜ ਕੇ ਨਹੀਂ, ਕੋਈ ਨਹੀਂ ਆਇਆ। ਅੱਛਾ, ਵੰਡ ਤੋਂ ਬਾਅਦ ਆਪਣੇ ਪਿੰਡ ਰਹੇ? ਨਹੀਂ, ਇਹ ਆਪਣੇ ਜਿਹੜੇ ਉੱਧਰ ਗਏ ਸੀ ਉਹ, ਇਹ ਦੋ ਹੀ ਜ਼ਿਮੀਂਦਾਰ ਦੇ ਉਹ ਪਰਿਵਾਰ, ਇਹ ਦੋ ਪਰਤੇ ਸੀ। ਅੱਛਾ, ਬਾਰੀ ਜਿਹਨੂੰ ਬਾਹਰ ਚ ਕਹਿੰਦੇ ਸੀ ਉੱਧਰ ਬਾਹਰ। ਹਾਂ ਹਾਂ ਹਾਂ, ਵੀ ਉਹ ਪਰਿਵਾਰ ਇੱਥੇ ਬਾਰੀ ਆ ਗਏ? ਹਾਂ, ਇਹ ਗਏ ਇੱਥੋਂ ਹੀ ਸੀਗੇ।
ਅੰਗਰੇਜ਼ਾਂ ਨੇ ਅਲਾਟਮੈਂਟ ਕੀਤੀ ਸੀ ਉਧਰ ਜ਼ਮੀਨ ਆਬਾਦ ਕਰਨ ਵਾਸਤੇ। ਇੱਕ ਉਹ ਗੱਜਣ ਸਿੰਘ ਦਾ ਪਰਿਵਾਰ ਉਧਰ ਤੇ ਅਛੜੇ ਦਾ ਪਰਿਵਾਰ ਪ੍ਰਤਾਪੀ। ਹਾਂ ਆਮ ਤਕਰੀਬ ਨਹੀਂ ਸੀ ਜਾਂ ਅੰਗਰੇਜ਼ਾਂ ਨੇ ਉਹ ਜ਼ਮੀਨ ਆਵਾਜ਼ ਵਾਣ ਵਾਸਤੇ ਉਹ ਪੱਟੇ ਨੂੰ ਵੀ ਜ਼ਮੀਨਾਂ ਦਿੱਤੇ ਵੀ ਇਹਨਾਂ ਨੂੰ ਆਵਾਜ਼ ਕਰ ਲਓ ਆਪਣੇ ਪਾਈ ਜਾਓ ਤੇ ਸਾਡੇ ਦੇਸ਼ ਨੂੰ ਅਨਾਜ ਪੈਦਾ ਹੋਊ। ਠੀਕ ਆ। ਸੰਤਾਲੀ ਤੱਕ ਮੈਂ ਚੌਥੀ ਚ ਪੜ੍ਹਦਾ ਸੀ ਤੇ ਸਾਡੇ ਮਾਸਟਰ ਹਾਲੇ ਵੀ ਜਿੱਥੇ ਪਟਵਾਰ ਕਰਨਾ ਉਹਦੇ ਮੂਹਰੇ ਉਹ ਮਾਸਟਰ ਦੀ ਉਰਦੂ ਚ ਨੇਮ ਪਲੇਟ ਲੱਗੀ ਹੈ ਚੁਬਾਰਾ ਉੱਪਰ ਹੁੰਦਾ ਸੀ ਛੋਟੇ ਜਲਦਾਰ ਨਾਲ ਮਾਸਟਰ ਟੀਚਰ ਬਸੀਰ ਅਹਿਮਦ ਲਿਖਿਆ ਹਾਲੇ ਉਹ ਲੱਗਿਆ ਪਲੇਟ ਅੱਜ ਵੀ ਲੱਗੀ ਹੋਈ ਉਹਦੇ ਚ ਉੱਥੇ ਪਟਵਾਰ ਖਾਨਾ ਰਿਹਾ ਉੱਥੇ ਮੂਹਰੇ ਪਲੇਟ ਲੱਗੀ ਆ ਟੀਚਰ ਬਸੀਰ ਅਹਿਮਦ ਉਰਦੂ ਚ। ਉਸ ਤੋਂ ਬਾਅਦ ਤਾਂ ਮੈਂ ਪੜ੍ਹਾਈ ਜਾਂਦੀ ਬਾਹਰ ਆਪਣੇ ਸਰਕਾਰ ਨੇ ਮੈਥੋਂ ਕਰਾਈ ਹੈ ਸਾਰੀ ਇੰਗਲਿਸ਼ ਵੀ ਕਿਹੜੀ ਸੀ ਅੱਠਵੀਂ ਤੱਕ ਉਰਦੂ ਹੀ ਸੀ ਫਾਈਨਲ ਹੈ ਪਰ ਸਾਤੋਂ ਪੇਪਰ ਨਹੀਂ ਸੀ ਹੁੰਦਾ ਲਾਜ਼ਮੀ ਪੰਜਾਬੀ ਕਰਤਾ ਸੀ ਪੰਜਾਬੀ ਸਾਨੂੰ ਉੜਾ ਉੜਾ ਲਿਖਣੀ ਨਹੀਂ ਸੀ ਆਉਂਦੀ ਇੰਨਾ ਮੁਸ਼ਕਿਲ ਹੋ ਗਿਆ ਸੀ। ਹਾਂ ਉਰਦੂ ਉਹ ਜਾਣੀ ਉਦੋਂ ਪੰਜਾਬੀ ਲਾਗੀ ਕਰਤੀ ਅਸੀਂ ਸਾਤੋਂ ਲਿਖਣਾ ਹੋਇਆ ਰੈਪਰ ਸੀ ਬਰਨੈਕਲ ਫਾਈਨਲ ਕਿਹੜੇ ਸਨ ਦੇ ਵਿੱਚ ਆਪਣੇ ਪੰਜਾਬੀ ਲਾਜ਼ਮੀ ਕਰਤੀ ਸੀ ਪੰਜਾਬ ਚ ਇਹ ਸੰਨ 50 ਚ ਕੀਤੀ ਸੀ। ਇੰਗਲਿਸ਼ ਵੀ ਮੈਂ ਇਸ ਮਹਿਕਮੇ ਨਾਲ ਸੰਬੰਧ ਹੈ ਪੜ੍ਹਾਈ ਦੇ ਇਹਨਾਂ ਨੂੰ ਮੈਥੋਂ ਸਰਕਾਰ ਨੇ ਪੜ੍ਹਾਈ ਕਰਵਾਈ ਸਪੈਸ਼ਲ ਨਾਲ ਦੋ ਘੰਟੇ ਐਕਸਟਰਾ ਟਾਈਮ ਦੇ ਕੇ ਫਿਰ ਕੰਮ ਲੈਣਾ ਸੀ ਇੰਜੀਨੀਅਰ ਕਾਲਜ ਦਾ ਡਿਪਲੋਮਾ ਵੀ ਕਰਾਇਆ ਮਿਲਟਰੀ ਪੁਲਿਸ ਨੇ ਇਹਦੇ ਵਿੱਚ ਪੜ੍ਹਾਈ ਦੀ ਬੜੀ ਜ਼ੋਰ ਦੌੜ ਸੀ ਸਾਰੀ ਟੈਕਨੀਕਲ ਦੀ। ਮਊ ਕੀਤਾ ਸੀ ਕਾਲਜ। ਜਿਉਂਦੇ ਰਹੋ ਸਰਦਾਰ ਗੁਰਚਰਨ ਸਿੰਘ ਜੀ, ਰੱਬ ਤੁਹਾਨੂੰ ਲੰਮੀ ਅਤੇ ਤੰਦਰੁਸਤ ਜ਼ਿੰਦਗੀ ਦੇਵੇ, ਕਿਉਂਕਿ ਜਿਹੜੀਆਂ ਜਾਣਕਾਰੀਆਂ ਤੁਸੀਂ ਸਾਨੂੰ ਦੇਤੀਆਂ ਹੁਣ ਇਹ ਸਦੀਆਂ ਤੱਕ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਮ ਆਉਣਗੀਆਂ ਅਤੇ ਉਹ ਤੁਹਾਡਾ ਸਾਡੇ ਵਾਂਗ ਧੰਨਵਾਦ ਕਰਿਆ ਕਰਨਗੀਆਂ। ਸਾਡਾ ਇਹ ਪ੍ਰੋਗਰਾਮ ਬਣਾਉਣ ਦਾ ਅਸਲੀ ਮਕਸਦ ਇਹੀ ਆ ਕਿ ਆਪਾਂ ਆਪਣੇ ਬਜ਼ੁਰਗਾਂ ਤੋਂ ਜਾਣਕਾਰੀਆਂ ਇਕੱਠੀਆਂ ਕਰਕੇ ਯੂਟਿਊਬ 'ਤੇ ਚਾੜ ਦਈਏ, ਫਿਰ ਆਪਣੇ ਪਿੰਡਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਦੇ ਪਿੰਡਾਂ ਬਾਰੇ ਜਾਣਨਾ ਬਹੁਤ ਸੌਖਾ ਹੋ ਜੂਗਾ। ਬਾਕੀ ਦੋਸਤੋ, ਬੂੜ ਪਿੰਡ ਦੇ ਤਕਰੀਬਨ ਸਾਰੇ ਹੀ ਲੋਕ ਬਹੁਤ ਹੀ ਮਿਲਣਸਾਰ ਨੇ, ਆਓ ਭਗਤ ਕਰਨ ਵਾਲੇ ਨੇ ਅਤੇ ਹਸਮੁੱਖ ਨੇ। ਸਾਨੂੰ ਇੱਕ ਬਾਈ ਨੇ ਬਹੁਤ ਹੀ ਹਾਸੇ ਵਾਲੀ ਗੱਲ ਸੁਣਾਈ, ਕਹਿੰਦਾ ਸਾਡੇ ਪਿੰਡ ਦੇ ਇੱਕ ਬੰਦੇ ਨੇ ਆਪਦੇ ਸਹੁਰਿਆਂ ਤੋਂ ਬੱਕਰੀ ਲਿਆਂਦੀ ਅਤੇ ਤੁਹਾਨੂੰ ਤਾਂ ਪਤਾ ਹੀ ਆ ਅੱਜ ਕੱਲ੍ਹ ਬੱਸਾਂ 'ਚ ਬੱਕਰੀ ਲੈ ਕੇ ਚੜ੍ਹ ਨਹੀਂ ਦਿੰਦੇ। ਉਹਦੀ ਸਾਲੀ ਕਹਿੰਦੀ, ਜੀਜਾ ਜੀ ਤੁਸੀਂ ਇਉਂ ਕਰੋ, ਬੱਕਰੀ ਦੇ ਬੁਰਕਾ ਪਾ ਕੇ ਬੱਸ 'ਚ ਚੜ੍ਹਾ ਕੇ ਲੈ ਜਾਓ, ਬੜਾ ਪਤਾ ਲੱਗਣਾ ਕੰਡਕਟਰ ਨੂੰ। ਚਲੋ ਜੀ, ਉਹਨੇ ਆਪਦੀ ਸਾਲੀ ਦੀ ਗੱਲ ਮੰਨ ਕੇ ਬੱਕਰੀ ਦੇ ਬੁਰਕਾ ਪਾ ਕੇ ਉਹਨੂੰ ਬੱਸ 'ਚ ਚੜ੍ਹ ਲਿਆ।
ਆ ਤੇ ਹਲੇ ਬਸ ਬੱਸ ਅੱਡੇ ਤੋਂ ਨਿਕਲੀ ਸੀ ਜਾਨੂੰ ਕੰਡਕਟਰ ਆ ਕੇ ਕਹਿੰਦਾ ਹਾਂ ਬਈ ਆਹ ਕੌਣ ਆ ਤਾਂ ਬਣਾਸ ਮਾਰ ਕੇ ਕਹਿੰਦਾ ਇਹ ਮੇਰੀ ਨਾਨੀ ਆ ਥੋੜ੍ਹੀ ਜਿਹੀ ਬਿਮਾਰ ਆ ਤਾਂ ਕਰਕੇ ਇਹਨੇ ਮੂੰਹ ਸਿਰ ਢਕਿਆ ਹੋਇਆ ਤੂੰ ਯਾਰ ਆਪਦੇ ਆ ਪੈਸੇ ਫੜ ਤੇ ਸਾਡੀਆਂ ਦੋ ਟਿਕਟਾਂ ਸਰੀਂ ਦੀਆਂ ਕੱਟ ਦੇ ਚਲੋ ਜੀ ਕੰਡਕਟਰ ਟਿਕਟ ਕੱਟ ਕੇ ਗਾਂਹ ਚਲਿਆ ਗਿਆ ਅਤੇ ਇਹ ਸਾਰੀ ਗੱਲਬਾਤ ਨਾਲ ਦੀ ਸੀਟ 'ਤੇ ਬੈਠੇ ਕਿਸੇ ਦੇ ਨਿਆਣੇ ਨੇ ਵੀ ਸੁਣ ਲਈ ਅਤੇ ਉਹ ਬੱਕਰੀ ਇੰਨੀ ਕੁਦਰਤੀ ਝਾਕੀ ਜਾਂਦਾ ਸੀ ਵੀ ਇਹਦੇ ਵਿੱਚ ਕੀ ਆ ਜਿਵੇਂ ਹੁੰਦੀ ਹੈ ਨਾ ਨਿਆਣਿਆਂ ਨੂੰ ਆਦਤ ਜੀ ਜਦ ਨੂੰ ਕਿਤੇ ਸਾਡੇ ਪਿੰਡ ਵਾਲੇ ਦੀ ਅੱਖ ਲੱਗ ਗਈ ਅਤੇ ਬੱਕਰੀ ਨੇ ਮੀਂਗਣਾ ਕਰਤੀਆਂ ਅਤੇ ਬੱਕਰੀ ਦੀਆਂ ਖਿਣੀਆਂ ਮੀਂਗਣਾ ਦੇਖ ਕੇ ਜਵਾਕ ਨੇ ਫਟਾਫਟ ਉਹਨੂੰ ਉਠਾਇਆ ਅਤੇ ਕਹਿੰਦਾ ਅੰਕਲ ਅੰਕਲ ਤੇਰੀ ਨਾਨੀ ਦੀ ਕਾਲੇ ਮੋਤੀਆਂ ਵਾਲੀ ਮਾਲਾ ਟੁੱਟ ਗਈ ਆ ਚੁਗਲਾ ਇਹ ਸੁਣ ਕੇ ਸੱਚੀ ਬਹੁਤ ਹਾਸਾ ਆਇਆ ਬਾਈ ਨੇ ਗੱਲਾਂ ਤਾਂ ਹੋਰ ਵੀ ਸੁਣਾਈਆਂ ਹਾਸੇ ਵਾਲੀਆਂ ਉਹਨਾਂ 'ਚੋਂ ਇੱਕ ਅੱਧੀ ਗੱਲ ਮੈਂ ਤੁਹਾਨੂੰ ਕੱਲ੍ਹ ਦੇ ਪ੍ਰੋਗਰਾਮ 'ਚ ਸੁਣਾਊਂਗਾ ਪਿੰਡ ਦੇ ਦੂਜੇ ਭਾਗ 'ਚ ਆਥਣੇ 4 ਵਜੇ ਨਾਲੇ ਹਲੇ ਤਾਂ ਪਿੰਡ ਦੀਆਂ ਹੋਰ ਵੀ ਬਹੁਤ ਜਾਣਕਾਰੀਆਂ ਰਹਿੰਦੀਆਂ ਨੇ ਆਪਾਂ ਉਹ ਵੀ ਕੱਲ੍ਹ ਨੂੰ ਦੇਵਾਂਗੇ ਪਿੰਡ ਦੇ ਦੂਜੇ ਭਾਗ 'ਚ ਅਤੇ ਜੇ ਅੱਜ ਦੇ ਪ੍ਰੋਗਰਾਮ 'ਚ ਮੇਥੋਂ ਕਿਸੇ ਪਤਵੰਤ ਸੱਜਣ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਦਿਲੋਂ ਮਾਫ਼ੀ ਮੰਗਦਾ ਅਤੇ ਤੁਹਾਨੂੰ ਬੇਨਤੀ ਵੀ ਕਰਦਾ ਤੁਸੀਂ ਉਹ ਨਾਮ ਸਾਨੂੰ ਕਮੈਂਟ 'ਚ ਠੀਕ ਲਿਖ ਕੇ ਜ਼ਰੂਰ ਭੇਜ ਦਿਓ ਫਿਰ ਆਪਾਂ ਬੂਲ ਪਿੰਡ ਦੇ ਤੀਜੇ ਅਤੇ ਆਖਰੀ ਭਾਗ 'ਚ ਜਿਹੜਾ ਅਗਲੇ ਹਫ਼ਤੇ ਆਊਗਾ ਉਹਦੇ 'ਚ ਠੀਕ ਕਰਕੇ ਬੋਲ ਦਿਆਂਗੇ ਅਤੇ ਅਖੀਰ 'ਚ ਅਸੀਂ ਪੂਰੇ ਬੂਲ ਨਗਰ ਨਿਵਾਸੀਆਂ ਦੇ ਪਿੰਡ ਦੀ ਪੰਚਾਇਤ ਦੇ ਬਾਈ ਜਸਵਿੰਦਰ ਸਿੰਘ ਜੀ ਦੇ ਜੋ ਬਹੁਤ ਹੀ ਚੋਟੀ ਦੇ ਕਬੱਡੀ ਖਿਡਾਰੀ ਵੀ ਨੇ ਗੁਰਪ੍ਰੀਤ ਗੱਗੀ ਵੀਰ ਜੀ ਦੇ ਧਰਮਪ੍ਰੀਤ ਸਿੰਘ ਜੀ ਦੇ ਅਤੇ ਮੈਂਬਰ ਅਮਨਦੀਪ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਵੀਰਾਂ ਤੋਂ ਬਿਨਾਂ ਪਿੰਡ ਦੀਆਂ ਇੰਨੀਆਂ ਜਾਣਕਾਰੀਆਂ ਇਕੱਠੀਆਂ ਕਰਨੀਆਂ ਔਖੀਆਂ ਸੀ ਜਿਉਂਦੇ ਰਹੋ ਜੀ ਕੱਲ੍ਹ ਨੂੰ ਮਿਲਾਂਗੇ ਆਥਣੇ 4 ਵਜੇ ਪਿੰਡ ਦੇ ਦੂਜੇ ਭਾਗ 'ਚ ਹੁਣ ਮੈਨੂੰ ਇੱਥੇ ਹੀ ਇਜਾਜ਼ਤ ਦਿਓ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਪਾਕਿਸਤਾਨੀ ਵੀਰਾਂ ਨੂੰ ਖੁਦਾ ਹਾਫਿਜ਼ ਜਿਉਂਦੇ ਵੱਸਦੇ ਰਹੋ ਅਤੇ ਰੱਬ ਰਾਖਾ ਦੋਸਤੋ।